हां जी दोस्तों सो आज दी इस वीडियो ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਵੇਂ ਅੱਜਕੱਲ ਕੈਨੇਡਾ ਦੇ ਵਿੱਚ ਸਪੈਸ਼ਲੀ ਅਨਟਾਰੀਓ ਦੇ ਵਿੱਚ ਕੰਮ ਥੋੜਾ ਸਲੋ ਹੋਇਆ ਪਿਆ ਸੋ ਜਿਹੜੇ ਨਵੇਂ ਸਟੂਡੈਂਟਸ ਤੇ ਇਮੀਗ੍ਰੈਂਟ ਆ ਰਹੇ ਆ ਉਹਨਾਂ ਨੂੰ ਕੰਮ ਦੇ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਆ ਸੋ ਬੜਾ ਲੋਕਾਂ ਤੋਂ ਆਮ ਹੀ ਸੁਣੀਦਾ ਹੈ ਕਿ ਦੋ-ਦੋ ਮਹੀਨੇ ਤੋਂ ਕੰਮ ਨਹੀਂ ਮਿਲਿਆ ਸਟੂਡੈਂਟਸ ਨੂੰ ਸਪੈਸ਼ਲੀ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਜਾਂ ਨਵੇਂ ਇਮੀਗ੍ਰੈਂਟਸ ਨੂੰ ਪ੍ਰੋਬਲਮ ਆ ਰਹੀ ਹੈ ਸੋ ਇਸ ਵੀਡੀਓ ਦੇ ਰਾਈ ਵਿੱਚ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਜਾਂ ਲੋਕਾਂ ਦੇ ਐਕਸਪੀਰੀਅੰਸ ਤੋਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਅਸੀਂ ਕੰਮ ਕਿੱਦਾਂ ਲੱਭ ਸਕਦੇ ਆ ਜੇ ਜਿਸ ਨੂੰ ਕੰਮ ਨਹੀਂ ਮਿਲ ਰਿਹਾ ਤੇ ਅਸੀਂ ਉਸ ਟਾਈਮ ਦੇ ਉੱਤੇ ਕਿਹੜੇ ਕਿਹੜੇ ਕੰਮ ਕਰ ਸਕਦੇ ਆ ਤੇ ਕਿੱਦਾਂ ਕਰ ਸਕਦੇ ਆ ਸੋ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋ ਚੰਗੀ ਤਰ੍ਹਾਂ ਤੁਹਾਨੂੰ ਕਾਫੀ ਨੌਲੇਜ ਵਾਲੀਆਂ ਗੱਲਾਂ ਪਤਾ ਚੱਲਣਗੀਆਂ ਤੇ ਅਨੁਐਕਸਪੀਰੀਅੰਸ ਵੀ ਮਿਲੇਗਾ ਸੋ ਇਹਦੇ ਚ ਤੁਹਾਨੂੰ ਕਾਫੀ ਬੈਨੀਫਿਟਸ ਹੋਣਗੇ ਸੋ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਸੌਖਾ ਕੰਮ ਆ ਜਿਹੜਾ ਅਸੀਂ ਕਰ ਸਕਦੇ ਆ ਉਹ ਹੈਗਾ Uber Eats ਦਾ ਸੋ so, Uber Eats Toronto downtown ਬਹੁਤ ਬਿਜ਼ੀ ਏਰੀਆ ਹੈ ਸੋ ਤੁਸੀਂ ਉਹਦੇ ਵਿੱਚ Uber Eats ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ ਇੱਕ ਤੁਸੀਂ ਕਰ ਸਕਦੇ ਹੋ ਸਾਈਕਲ ਦੇ ਉੱਪਰ ਬਾਏ ਵਾਕ ਐਂਡ ਤੀਜਾ ਤਰੀਕਾ ਜਿਹੜਾ ਹੈਗਾ ਉਹ ਹੈਗਾ ਕਿ ਜਿਸ ਇਲੈਕਟ੍ਰਿਕ ਸਕੂਟਰ ਤੇ ਜਿਹੜੇ ਚੱਲਦੇ ਆ ਉਹਨਾਂ ਤੇ ਵੀ ਯੂਜ਼ ਕਰ ਸਕਦੇ ਹੋ ਮੈਨੂੰ ਅਕਸਰ ਸਟੂਡੈਂਟ ਦੱਸਦੇ ਨੇ ਕਿ ਜਿਹੜੇ ਉਹ ਫੁੱਲ ਟਾਈਮ ਕਰਦੇ ਨੇ ਉਹਨਾਂ ਨੂੰ 100 150 ਡਾਲਰ ਬਣ ਜਾਂਦਾ ਸੋ ਇਹਦੇ ਵਿੱਚ ਇੱਕ ਬੈਨੀਫਿਟਸ ਹੁੰਦਾ ਹੈ ਇਹਦੇ ਵਿੱਚ ਤੁਹਾਨੂੰ ਟਿਪ ਵੀ ਮਿਲਦੀ ਆ ਸੋ ਜਿਹੜੀ ਤੁਹਾਡੀ ਆਈ ਮੀਨ ਟੈਕਸ ਦਾ ਪਾਰਟ ਨਹੀਂ ਹੁੰਦੀ ਉਸ ਅਮਾਉਂਟ ਤੇ ਤੁਹਾਨੂੰ ਟੈਕਸ ਨਹੀਂ ਲੱਗਦਾ ਸੋ ਜਿਹੜਾ ਟਰਨ ਟੋਰਾਂਟੋ ਡਾਊਨਟਾਊਨ ਅੰਟੋਰੀਓ ਦੀ ਮੈਂ ਗੱਲ ਕਰ ਰਿਹਾ ਉਹ ਕਾਫੀ ਬਿਜ਼ੀ ਏਰੀਆ ਹੈ ਸੋ ਉੱਥੇ ਕਾਫੀ ਅਪਾਰਟਮੈਂਟ ਨੇ ਸੋ ਲੋਕ ਕਿਉਂਕਿ ਉੱਥੇ ਕਰਾਊਡਡ ਹੋਣ ਕਰਕੇ ਗੱਡੀਆਂ ਬਹੁਤ ਫਾਸਟ ਨਹੀਂ ਚੱਲਦੀਆਂ ਬਹੁਤ ਸਲੋ ਕਿਉਂਕਿ ਟ੍ਰੈਫਿਕ ਲਾਈਟਸ ਬਹੁਤ ਛੇਤੀ ਛੇਤੀ ਆ ਜਾਂਦੀਆਂ ਨੇ ਸੋ ਉੱਥੇ ਸਾਈਕਲ ਐਂਡ ਜਿਹੜੇ ਈ-ਸਕੂਟਰ ਤੇ ਬਹੁਤ ਸਟੂਡੈਂਟਸ ਬਹੁਤ ਲੋਕ ਉੱਪਰ ਰਾਈਡਸ ਕਰਦੇ ਨੇ ਉਹਨਾਂ ਨੂੰ ਕਾਫੀ ਬੈਨੀਫਿਟਸ ਹੁੰਦਾ ਸਭ ਤੋਂ ਪਹਿਲਾਂ ਤਾਂ ਇੱਕ ਇਹ ਚੀਜ਼ ਹੈ ਜਿਹੜੀ ਤੁਸੀਂ ਕਰ ਸਕਦੇ ਜੇ ਤੁਹਾਨੂੰ ਕੋਈ ਕੰਮ ਨਹੀਂ ਰਲਿਆ ਤੁਸੀਂ ਇੱਕ ਦਿਨ ਟਰਾਈ ਕਰੋ ਪਹਿਲਾਂ ਐਪ ਡਾਊਨਲੋਡ ਕਰੋ ਉੱਥੇ ਜਾ ਕੇ ਰਜਿਸਟਰਡ ਕਰੋ ਸੋ Uber Eats ਤੁਹਾ ਨੂੰ ਜੇ ਕੋਈ ਕੰਮ ਨਹੀਂ ਰਾਈਟ ਨੂੰ ਮਿਲ ਰਿਹਾ ਤੇ ਤੁਹਾਡੀ ਹੈਲਪ ਕਰ ਸਕਦੀ ਆ ਓਕੇ ਪਹਿਲੀ ਗੱਲ ਦੂਜੀ ਗੱਲ ਹੈ ਕਿ ਹੁਣ ਅਸੀਂ ਜਿਹੜਾ ਆਪਣੀ ਜੌਬ ਸਰਚ ਕਰਨ ਦਾ ਤਰੀਕਾ ਉਸ ਨੂੰ ਥੋੜਾ ਚੇਂਜ ਕਰੀਏ ਨਾਰਮਲੀ ਅਸੀਂ ਕੀ ਕਰਦੇ ਆ ਅਸੀਂ ਜਿਹੜੀਆਂ ਏਜੰਸੀਸ ਹੁੰਦੀਆਂ ਨੇ এমਪਲੋਇਮੈਂਟ ਏਜੰਸੀਸ ਉਹਨਾਂ ਨੂੰ ਸਿਰਫ ਕਾਲ ਕਰਦੇ ਆ ਜਾਂ ਉੱਥੇ ਜਾ ਕੇ ਵਿਜ਼ਿਟ ਕਰ ਆ ਰਹੇ ਆ ਕਰਨੇ ਆ ਤੇ ਕਿਉਂਕਿ ਜੇ ਮੇ ਕੰਮ ਹੁਣ ਆਲਰੇਡੀ ਸਲੋ ਚੱਲ ਰਿਹਾ ਜਿਹੜੇ ਲੋਕ ਲੱਗੇ ਹੋਏ ਨੇ ਕਿਉਂਕਿ ਪਿੱਛੇ ਉਹਨਾਂ ਨੇ ਸਟੂਡੈਂਟ ਨੂੰ ਫੁੱਲ ਟਾਈਮ ਕਰ ਦਿੱਤਾ ਤੇ ਉਹ ਕੰਮ ਛੱਡਦੇ ਨਹੀਂ ਪਏ ਸੋ ਨਵੇਂ ਬੰਦਿਆਂ ਨੂੰ ਫਿਰ ਓਪਰਚ्युनिटीज ਨਹੀਂ ਮਿਲ ਰਹੀ ਸੋ ਕਈ ਵਾਰ ਜਿਹੜੀਆਂ ਏਮਪਲੋਇਮੈਂਟ ਏਜੰਸੀਆਂ ਹੁੰਦੀਆਂ ਨੇ ਉਹ ਕੁਛ ਹੀ ਫਰਮਾਂ ਤੱਕ ਸੀਮਿਤ ਹੁੰਦੀਆਂ ਨੇ ਸਾਰੇ ਕਿਤੇ ਨਹੀਂ ਉਹ ਉਹਨਾਂ ਦੀ ਅਪਰੋਚ ਹੁੰਦੀ ਸੋ ਉਹਦੇ ਵਿੱਚ ਜਿਵੇਂ ਹੁਣ ਸਮਰ ਆ ਰਹੀ ਆ ਤੇ ਸਮਰ ਦੇ ਵਿੱਚ ਤੁਸੀਂ ਕਿੱਦਾਂ ਦੇ ਕੰਮ ਸਰਚ ਕਰ ਸਕਦੇ ਹੋ ਸੋ ਇੱਕ ਤਾਂ ਕੰਮ ਸਮਰ ਦੇ ਵਿੱਚ ਇਵੈਂਟਸ ਬਹੁਤ ਹੁੰਦੇ ਨੇ ਉਦជា ਵਿਆਹ ਮੈਰਿਜਸ ਬਹੁਤ ਹੁੰਦੀਆਂ ਨੇ ਸਪੈਸ਼ਲੀ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਂ ਹੋਰ ਵੀ ਕਮਿਊਨिटीज ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਸਰਵਿਸਿਜ਼ ਦੇ ਸਕਦੇ ਹੋ ਸੋ ਇਵੈਂਟ ਵਾਸਤੇ ਤੁਸੀਂ ਜਿੰਨੇ ਵੀ ਇਵੈਂਟ ਹੁੰਦੇ ਆ ਉਹਨਾਂ ਦੀਆਂ ਵੈਬਸਾਈਟ ਸਰਚ ਕਰੋ ਉੱਥੇ ਫਾਈਂਡ ਕਰੋ ਉੱਥੇ ਉਹਨਾਂ ਨੂੰ ਲੋਡ ਹੁੰਦੀ ਆ ਜਿਵੇਂ ਸਟਾਲ ਲਾਉਂਦੇ ਆ ਜਾਂ ਉੱਥੇ ਜਿਹੜੀਆਂ ਵੀ ਜਿਹੜੀਆਂ ਉੱਥੇ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਹੁੰਦੀਆਂ ਨੇ ਸੋ ਉੱਥੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਅ ਤੋ ਤੁਹਾਨੂੰ ਉੱਥੇ ਵੀ ਇੱਕ ਜੌਬ ਦੀ ਓਪਰਚੁਨਿਟੀ ਸਾਡੇ ਵਾਸਤੇ ਮਿਲ ਸਕਦੀ ਆ ਦੂਜੀ ਗੱਲ ਕੀ ਹੁਣ ਜਿਹੜੀ ਫਾਰਮਿੰਗ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਜਿੱਥੇ ਉਹਨਾਂ ਨੂੰ ਗ੍ਰੀਨ ਹਾਊਸ ਹੈਗੇ ਨੇ ਜਿੱਥੇ ਆਈ ਮੀਨ ਉਹਨਾਂ ਨੂੰ ਕਕੰਬਰ ਪਿਕ ਅਪ ਆਈ ਮੀਨ ਤੋੜਨ ਵਾਸਤੇ ਜਾਂ ਆਪਣੀ ਫਾਰਮ ਹਾਊਸ ਦੇ ਵਿੱਚ ਗਰੋ ਕਰਨ ਵਾਸਤੇ ਵੈਜੀਟੇਬਲਸ ਜਾਂ ਐਪਲ ਫਾਰਮ ਦੇ ਵਿੱਚ ਵੀ ਉਹਨਾਂ ਨੂੰ ਲੇਬਰ ਚਾਹੀਦੀ ਹੁੰਦੀ ਆ ਸੋ ਇੱਕ ਇਹ ਵੀ ਅਪਰੋਚ ਆ ਵੀ ਆਪਾਂ ਕਰ ਸਕਦੇ ਹਾਂ ਸੋ ਇਵੈਂਟਸ ਦੀ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਜਿਹਾ ਇਥੇ ਫਾਰਮਰ ਮਾਰਕੀਟਸ ਲੱਗਦੀਆਂ ਨੇ ਹੁਣ ਮੇਂ ਐਂਡ ਜਾਂ ਜੂਨ ਤੇ ਸ਼ੁਰੂ ਹੋ ਜਾਂਦੀਆਂ ਨੇ ਸੋ ਉੱਥੇ ਵੀ ਉਹਨਾਂ ਨੂੰ ਲੋਡ ਹੁੰਦੀ ਆ ਹੈਲਪਰਸ ਦੀ ਸੋ ਤੁਸੀਂ ਜਿਵੇਂ ਅ ਇਸ ਬਾਰੇ ਤੁਸੀਂ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਤੁਸੀਂ ਮਾਰਕੀਟਪਲੇਸ ਤੇ ਵੀ ਦੇਖ ਸਕਦੇ ਹੋ ਕਚੀਜੀ ਇੱਕ ਵੈਬਸਾਈਟ ਆ ਉੱਥੇ ਜਾ ਕੇ ਵੀ ਤੁਸੀਂ ਇਸ ਬਾਰੇ ਸਰਚ ਕਰ ਸਕਦੇ ਹੋ ਓਕੇ ਉਸ ਤੋਂ ਇਲਾਵਾ ਮੈਂ ਇਵੈਂਟਸ ਦੀ ਗੱਲ ਕਰ ਰਿਹਾ ਸੀ ਇਵੈਂਟ ਵਿੱਚ ਕਿਦਾਂ ਹੁੰਦਾ ਹੈ ਕਿ ਜਿਹੜੀਆਂ ਜੌਬਸ ਹੋ ਗਈਆਂ ਉਸ ਤੋਂ ਇਲਾਵਾ ਸਾਡੇ ਕੋਲ ਕੁਝ ਆਪਣੇ ਹੁਨਰ ਹੁੰਦੇ ਨੇ ਸਪੋਜ਼ ਜਿਵੇਂ ਹੁਣ ਮੈਰਿਜਸ ਸਾਰੀਆਂ ਨੇ ਜੇ ਕਿਸੇ ਨੂੰ ਪੱਗ ਬੰਨਣੀ ਆਉਂਦੀ ਆ ਸੋ ਉਹ ਜਿਵੇਂ ਮੈਰਿਜਸ ਤੇ ਜਾ ਕੇ ਜਾਂ ਤੁਸੀਂ ਬੜਾ ਵਧੀਆ ਸੋਰਸ ਆਥੇ ਮਾਰਕੀਟਪਲੇਸ ਉੱਥੇ ਜਾ ਕੇ ਤੁਸੀਂ ਆਪਣੇ ਆਪਣੀ ਅਮੀਨ ਇੱਕ ਆਪਣੀ ਐਡ ਪਾ ਸਕਦੇ ਹੋ ਕਿ ਮੈਂ ਇਦਾਂ ਪੱਗ ਬੰਨਦਾ ਪੱਗ ਬੰਨਦੇ ਵਿੱਚ ਐਕਸਪਰਟ ਆ ਤਾਂ ਸਾਨੂੰ ਆਯੋਜਕ ਤੁਹਾਨੂੰ ਮੈਰਿਜਸ ਦੇ ਵਿੱਚ ਉਹ ਅਪਰੋਚ ਕਰਨਗੇ ਕਿ ਕੁੜੀਆਂ ਜਿਵੇਂ ਹੁਣ ਮਹਿੰਦੀ ਲਾ ਲੈਂਦੀਆਂ ਨੇ ਸੋ ਉਹ ਇਦਾਂ ਦੀ ਸਰਵਿਸਿਜ਼ ਦੇ ਸਕਦੀਆਂ ਨੇ ਉਹਨਾਂ ਨੂੰ ਆਵਰਲੀ ਜਦ ਜਿੰਨੇ ਤੁਸੀਂ ਕਸਟਮਰ ਅਟੈਂਡ ਕਰਨੇ ਆ ਸੋ ਉੱਥੇ ਜਾ ਕੇ ਤੁਸੀਂ ਆਪਣੀ ਸਰਵਿਸਿਜ਼ ਦੇ ਸਕਦੇ ਹੋ ਕਿਉਂਕਿ ਇੱਥੇ ਹੱਥ ਦੇ ਹੁਨਰ ਦੀ ਬਹੁਤ ਵੈਲਿਊ ਹੈ ਜਿਨ੍ਹਾਂ ਨੂੰ ਹੱਥ ਤੇ ਹੱਥ ਹੱਥੀ ਕੰਮ ਕਰਨ ਦਾ ਐਕਸਪੀਰੀਅੰਸ ਆ ਬੈਕ ਹੋਮ ਤੋਂ ਜਾਂ ਜਿਹੜੇ ਹੱਥ ਦਾ ਕੰਮ ਕਰਦੇ ਨੇ ਸੋ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਬੈਨੀਫਿਟਸ ਹੋ ਸਕਦੇ ਨੇ ਸੋ ਅਬ ਮੈਰਜਿਸ ਦੀ ਗੱਲ ਕੀਤੀ ਉੱਥੇ ਜਾ ਕੇ ਜਿਵੇਂ ਤੁਸੀਂ ਕੀ ਇਹਨੂੰ ਖਾਣਾ ਬਣਾਉਣ ਦੇ ਬਹੁਤ ਐਕਸਪਰਟ ਹੁੰਦੇ ਨੇ ਬੰਦੇ ਸੋ ਉਹ ਉਸੇ ਕਹਿ ਸਕਦੇ ਨੇ ਕਿ ਅਸੀਂ ਆਪਣੀ ਤੁਸੀਂ ਐਡ ਪਾਉਣੀ ਹੈ ਮਾਰਕੀਟਪਲੇਸ ਤੇ ਕਿ ਅਸੀਂ ਖਾਣਾ ਬਣਾ ਸਕਦੇ ਆ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਸਮਰ ਆ ਰਹੀ ਆ ਤੁਸੀਂ ਜਿਵੇਂ ਇੱਥੇ ਆਪਣੇ ਬੈਕਯਾਰਡ ਮੇਨਟੇਨ ਕਰਨਾ ਹੁੰਦਾ ਜਾਂ ਗਰਾਸ ਦੇ ਵਿੱਚੋਂ ਵੀਡ ਰਿਮੂਵ ਕਰਨ ਦਾ ਜਾਂ ਨਵੀਂ ਸੌੜ ਲਾਉਣ ਦਾ ਹਣਾ ਜਿਨ੍ਹਾਂ ਨੂੰ ਫਾਰਮਿੰਗ ਦਾ ਬੈਕ ਹੋਮ ਤੋਂ ਐਕਸਪੀਰੀਅੰਸ ਆ ਜਾ ਤੁਸੀਂ ਕੁਝ ਐਕਸਪੀਰੀਅੰਸ Google ਤੋਂ ਵੀ ਸੌਰੀ Google ਤੋਂ ਜਾ ਕੇ ਜਾਂ YouTube ਤੋਂ ਵੀ ਜਾ ਕੇ ਲੈ ਸਕਦੇ ਹੋ ਕਿਹੜਾ ਕੰਮ ਕਿੱਦਾਂ ਕਰਦੇ ਆ ਜੇ ਤੁਹਾਨੂੰ ਥੋੜੀ ਬਹੁਤੀ ਕੰਮ ਦੀ ਨੌਲੇਜ ਹੋਏਗੀ ਤੇ ਤੁਸੀਂ ਇਦਾਂ ਅਪਰੋਚ ਕਰ ਸਕਦੇ ਹੋ ਸੋ ਇਦਾਂ ਦੇ ਕਿਤਾ ਦੇ ਕੁਝ ਆਈ ਮੀਨ ਕੀ ਦਾ ਮਤਲਬ ਜੇ ਤੁਸੀਂ ਆਪਣੇ ਸਰਚ ਦੀ ਟੈਕਨੀਕ ਬਦਲੋਗੇ ਤੇ ਤੁਹਾਨੂੰ ਜੋਬਸ ਤੇ ਆਪਰਚੂਨਿਟੀਆਂ ਤੁਹਾਨੂੰ ਮਿਲ ਸਕਦੀਆਂ ਨੇ ਉਕੋ ਇਸ ਤੋਂ ਇਲਾਵਾ ਤੁਸੀਂ ਇੰਡੀਡ ਦੇ ਉੱਤੇ ਵੀ ਜਾ ਕੇ ਸਰਚ ਕਰ ਸਕਦੇ ਹੋ ਕੰਮ ਜਿਹੜੇ ਬੰਦੇ ਕਿਸੇ ਫਰਮ 'ਚ ਲੱਗੇ ਨੇ ਤੁਹਾਨੂੰ ਥੋੜੀ ਬਹੁਤੀ ਉੱਥੋਂ ਉਸ ਬਾਰੇ ਨੌਲੇਜ ਆ ਕਿ ਇੱਥੇ ਜੋਬਸ ਦੀ ਓਪਰਚ्युनिटीਜ਼ ਹੋ ਸਕਦੀਆਂ ਨੇ ਤੁਸੀਂ ਉਹਨਾਂ ਨੂੰ ਉੱਥੇ ਵੀ ਅਪਰੋਚ ਕਰ ਸਕਦੇ ਹੋ ਕਿਉਂਕਿ ਇੱਥੇ ਰੈਫਰੈਂਸ ਦਾ بیسਡ ਬਹੁਤ ਕੰਮ ਮਿਲਦਾ ਜੇ ਤੁਹਾਡੇ ਕੋਲ ਰੈਫਰੈਂਸ ਹੈਗਾ ਬੈਕ ਆਈ ਮੀਨ ਤੁਸੀਂ ਇੱਥੇ ਕਿਸੇ ਬੰਦੇ ਨੂੰ ਲੱਭਿਆ ਸੋ ਜੇ ਤੁਸੀਂ ਉਹਨੂੰ ਅਪਰੋਚ ਕੀਤੀ ਹੈਗੀ ਅਪਰੋਚ ਬਹੁਤ ਜ਼ਰੂਰੀ ਆ ਜੇ ਤੁਸੀਂ ਅਪਰੋਚ ਕਰੋਗੇ ਤਾਂ ਹੀ ਤੁਹਾਨੂੰ ਕੰਮ ਮਿਲਣਗੇ ਤਾਂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਆ ਪ੍ਰੋਬਲਮਸ ਆਉਂਦੀਆਂ ਨੇ ਅਸੀਂ ਵੀ ਪ੍ਰੋਬਲਮਸ ਫੇਸ ਕੀਤੀਆਂ ਬਟ ਇੱਕ ਤਾਂ ਸੰਗੜਾ ਨਹੀਂ ਸ਼ਰਮਾਉਣਾ ਨਹੀਂ ਕੋਈ ਵੀ ਕੰਮ ਵੱਡਾ ਵੱਡਾ ਜਾਂ ਛੋਟਾ ਨਹੀਂ ਜਦੋਂ ਅਸੀਂ ਕੈਨੇਡਾ ਆ ਗਏ ਇੱਥੇ ਸਾਰੇ ਲੋਕ ਇੱਕ ਤਰ੍ਹਾਂ ਦੇ ਨੇ ਸੋ ਇੱਕ ਤਾਂ ਮੈਂ ਹੋਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਜਿਵੇਂ ਹੁਣ ਕਲੀਨਿੰਗ ਦਾ ਕੰਮ ਆ ਲੋਕ ਇੱਥੇ ਬਿਜ਼ੀ ਹੁੰਦੇ ਨੇ ਉਹ ਕਲੀਨਿੰਗ ਟ੍ਰੇਨਿੰਗ ਨਹੀਂ ਕਰ ਸਕਦੇ ਆਪ ਸੋ ਵੀਕਲੀ ਜਾਂ ਮੰਥਲੀ ਸਰਵਿਸਿਜ਼ ਲੈਂਦੇ ਨੇ ਤੁਸੀਂ ਕਲੀਨਿੰਗ ਦੇ ਐਡਵਰਟਾਈਜ਼ਮੈਂਟ ਪਾ ਸਕਦੇ ਹੋ ਜਿਹੜੇ ਬੱਚੇ ਇੰਟੈਲੀਜੈਂਟ ਨੇ ਉਹ ਟਿਊਸ਼ਨ ਟਿਊਸ਼ਨ ਸਰਵਿਸਿਜ਼ ਦੇ ਸਕਦੇ ਨੇ ਮੈਥ ਦੀਆਂ ਸਾਇੰਸ ਦੀਆਂ ਇੰਗਲਿਸ਼ ਦੀਆਂ ਐਂਡ ਇਵਨ ਕਿ ਪੰਜਾਬੀ ਪੜਾਉਣ ਦੇ ਵਿੱਚ ਵਿੱਚ ਵੀ ਤੁਸੀਂ ਬੱਚਾ ਤੇ ਤੁਸੀਂ ਇਹ ਮਾਰਕੀਟਪਲੇਸ ਤੇ ਜਾਂ ਜਿਹੜੇ ਤੁਹਾਡੇ ਨੇੜੇ ਗਰੋਸਰੀ ਸਟੋਰ ਨੇ ਉੱਥੇ ਜਾ ਕੇ ਤੁਸੀਂ ਐਡਵਰਟਾਈਜ਼ਮੈਂਟ ਕਰ ਸਕਦੇ ਹੋ ਕਿਹਨੂੰ ਡਾਂਸ ਆਉਂਦਾ ਉਹ ਡਾਂਸ ਸਿਖਾ ਸਕਦੇ ਨੇ ਉਹ ਜਿਵੇਂ ਆਪਾਂ ਕਿ ਮੈਰਿਜਸ ਦੀ ਗੱਲ ਕੀਤੀ ਇਵੈਂਟ ਉੱਥੇ ਹੁੰਦੇ ਤੁਸੀਂ ਭੰਗੜਾ ਜੇ ਤੁਹਾਨੂੰ ਆਉਂਦਾ ਭੰਗੜੀ ਦੀ ਉਸ ਇੱਕ ਚਾਰ ਪੰਜ ਮੁੰਡੇ ਰਲ ਕੇ ਟੀਮ ਬਣਾ ਲਓ ਸੋ ਵਿਆਵਾ ਦੇ ਵਿੱਚ ਅਸੀਂ ਦੇਖੀ ਦਾ ਸੀ ਕਿ ਇੱਥੇ ਆਪਣੇ ਜਿਹੜੇ ਪੰਜਾਬ ਦੇ ਮੁੰਡੇ ਬਹੁਤ ਵਧੀਆ ਪਰਫਾਰਮੈਂਸ ਪਰਫਾਰਮੈਂਸ ਕਰਦੇ ਰਹੇ ਇਹਨਾਂ ਚੀਜ਼ਾਂ ਦੀ ਇੱਥੇ ਕਾਫੀ ਵੈਲਿਊ ਹੈਗੀ ਆ ਸੋ ਇਦਾਂ ਜੋ ਜਿਹੜਾ ਵੀ ਤੁਹਾਨੂੰ ਹੋਨਰ ਹੈ ਤੁਸੀਂ ਸੋਚੋ ਤੁਹਾਡੇ ਕੋਲ ਹੋਰ ਵੀ ਆਈਡੀਆਜ਼ ਹੋਣਗੇ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਤਾਂ ਕਿ ਬਾਕੀ ਜਿਹੜੇ ਵੀ ਸਟੂਡੈਂਟਸ ਆ ਇਮੀਗ੍ਰੈਂਟ ਨੇ ਉਹਨਾਂ ਦੀ ਹੈਲਪ ਹੋ ਸਕੇ ਸ਼ੁਰੂ ਤੇ ਸਾਨੂੰ ਇਦਾਂ ਹੀ ਇੱਕ ਵਾਰ ਸ਼ੁਰੂ ਕਰਨਾ ਪਏਗਾ ਜਦੋਂ ਅਸੀਂ ਮਾਰਕੀਟ ਦੇ ਵਿੱਚ ਵਧੀਆ ਸਰਵਿਸਿਜ਼ ਦਵਾਂਗੇ ਸੋ ਜਦੋਂ ਸਾਡਾ ਕੰਮ ਲੋਕਾਂ ਨੂੰ ਪਸੰਦ ਆਏਗਾ ਤਾਂ ਉਹ ਗਾਂਧੀ ਗਾ ਰੈਫਰੈਂਸ ਦੇ ਉੱਤੇ ਤੁਹਾਡਾ ਇਦਾਂ ਕੰਮ ਤੁਹਾਡਾ ਸਰਕਲ ਚੱਲ ਪੈਂਦਾ ਹੈ ਇਸ ਤੋਂ ਇਲਾਵਾ ਜਿਵੇਂ ਇਹ ਤਾਂ ਜੌਬਸ ਰਿਸਰਚ ਜਾਂ ਆਪਾਂ ਜੌਬ ਕਿੱਦਾਂ ਲੱਭ ਸਕਦੇ ਆ ਉਹ ਤਰੀਕਾ ਹੋ ਗਿਆ ਦੂਜਾ ਇਹ ਪਾਰਟ ਹੈਗਾ ਕਿ ਆਪਾਂ ਆਪਣਾ ਕੰਮ ਵੀ ਛੋਟਾ ਮੋਟਾ ਸ਼ੁਰੂ ਕਰ ਸਕਦੇ ਆ ਜਿਵੇਂ ਤੁਹਾਨੂੰ ਕੋਈ ਇੱਥੇ ਹੈਂਡੀਮੈਨ ਜਾਂ ਤੁਹਾਨੂੰ ਪਹਿਲਾਂ ਹੀ ਦੱਸ ਸੁਖਿਆ ਸੀ ਸਕਿਲਡ ਦੀ ਬਹੁਤ ਵੈਲਿਊ ਆ ਸੋ ਉਹ ਉਹਦੇ ਵਿੱਚ ਇਹ ਹੈਗਾ ਕਿ ਜਿਵੇਂ ਤੁਸੀਂ ਸ਼ੁਰੂ ਦੇ ਉੱਤੇ ਜਿਹੜੇ ਆਈ ਮੀਨ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਜਿਵੇਂ ਉੱਥੇ ਆਪਣੇ ਪੇਂਟ ਦਾ ਕੰਮ ਹੋ ਗਿਆ ਡਰਾਈ ਵਾਲਸ ਦਾ ਕੰਮ ਹੋ ਗਿਆ ਕਿਉਂਕਿ ਇੱਕ ਇੱਥੇ ਜੌਬਸ ਹੁੰਦੇ ਨੇ ਜਿਹੜੀਆਂ ਲਾਇਸੈਂਸ ਜਿਵੇਂ ਇਲੈਕਟ੍ਰੀਸ਼ੀਅਨ ਪਲੰਬਰ ਵਾਸਤੇ ਲਾਇਸੈਂਸ ਚਾਹੀਦਾ ਹੁੰਦਾ ਬਟ ਜਿਹੜੀਆਂ ਦੂਸਰੀਆਂ ਜੌਬ ਨੇ ਪੇਂਟ ਪੇਂਟ ਦੀ ਜੌਬ ਹੋ ਗਈ ਜਾਂ ਫਲੋਰ ਜਿਹੜੇ ਆਪਾਂ ਫਲੋਰ ਪਾਉਣੇ ਆ ਹਾਰਡਵੁੱਡ ਫਲੋਰ ਲਾਉਣੇ ਆ ਉਹਦੇ ਵਾਸਤੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਸਕਿੱਲ ਆਉਣੀ ਚਾਹੀਦੀ ਆ ਥੋੜਾ ਬਹੁਤ ਤੁਸੀਂ YouTube ਤੇ ਜਿਵੇਂ ਮੈਂ ਦੱਸਿਆ ਤੁਹਾਨੂੰ ਉੱਥੋਂ ਇੱਕ ਤੁਸੀਂ ਬੇਸਿਕ ਚੀਜ਼ ਤੁਹਾਨੂੰ ਉੱਥੋਂ ਪਤਾ ਚੱਲ ਸਕਦੀ ਆ ਬਾਕੀ ਤੁਸੀਂ ਜਦੋਂ ਹੌਲੀ ਹੌਲੀ ਐਕਸਪੀਰੀਅੰਸ ਲੈਂਦੇ ਹੋ ਕਿਉਂਕਿ ਸ਼ੁਰੂ ਦੇ ਤੇ ਤੁਹਾਨੂੰ ਇੱਚ ਜਾਂ ਫੇਸ ਕਰਨੀਆਂ ਪੈਣਗੀਆਂ ਅੱਜੇ ਅਪਾ ਵੀ ਸੋਚਾਂ ਕਿ ਵਸੇ ਜੀ ਦੋ ਚਾਰ ਏਜੰਸੀਆਂ ਕੋ ਗਏ ਉੱਥੇ ਜਾ ਕੇ ਦੇਖਿਆ ਲੱਭਿਆ ਕੁਝ ਨਹੀਂ ਮਿਲਿਆ ਤੇ ਅਸੀਂ ਥੱਕ ਕੇ ਬਹਿ ਗਏ ਇਹ ਸੋਲੂਸ਼ਨ ਨਹੀਂ ਆ ਤੁਸੀਂ ਅਪਰੋਚ ਕਰੋ ਲੋਕਾਂ ਨੂੰ ਅਪਰੋਚ ਕਰੋ ਤੁਸੀਂ ਜਿਵੇਂ ਅਸ ਜਿਵੇਂ ਤੁਸੀਂ ਆ ਆਪਣੇ ਆਸੇ-પાસੇ ਰੈਸਟੋਰੈਂਟ ਦੇਖਦੇ ਹੋ ਜਾਂ ਤੁਸੀਂ ਪਲਾਜ਼ਿਆਂ ਵਿੱਚ ਜਾ ਕੇ ਆਪਣੇ ਰੈਜ਼ਿਊਮੇ ਦੇ ਕੇ ਆਓ ਤੁਹਾਨੂੰ ਕੋਈ ਮਿਲਦਾ ਤੁਸੀਂ ਉਹਨੂੰ ਕੋਸ਼ਿਸ਼ ਲਓ ਵੀ ਤੁਸੀਂ ਕਿਹੜੀ ਜੌਬ ਕਰਦੇ ਹੋ ਮੈਨੂੰ ਰੈਫਰ ਕਰ ਦਿਓ ਤੁਹਾਨੂੰ ਅਪਰੋਚ ਕਰਨੀ ਪਏਗੀ ਰੋ ਅਪਰੋਚ ਤੇ ਰੈਫਰੈਂਸ ਸਭ ਤੋਂ ਵੱਡੀ ਚ ਚੀਜ਼ ਆ ਜਿਸ ਦੇ ਨਾਲ ਤੁਹਾਨੂੰ ਛੇਤੀ ਤੇ ਈਜ਼ੀ ਜੌਬ ਮਿਲ ਸਕਦੀ ਆ ਸੋ ਇਦਾਂ ਤੁਸੀਂ ਟਰਾਈ ਕਰੋ ਤਾਂ ਤੁਹਾਨੂੰ ਕਾਫੀ ਹੈਲਪ ਮਿਲੇਗੀ ਸੋ ਤੁਸੀਂ ਜਰੂਰ ਕੋਈ ਨਾ ਕੋਈ ਜੌਬ ਛੇਤੀ ਲੱਭਣ ਦੇ ਵਿੱਚ ਕਾਮਯਾਬ ਹੋਵੋਗੇ ਥੈਂਕ ਯੂ ਰਿਤਾ